ਸਾਰੇ ਦਾ ਸਵਾਗਤ ਹੈ ਤੁਹੰਦੇ ਆਪਣੀ ਜੰਮੂ ਦੀ ਡੋਗਰੀ ਰਸੋਈ ਚ ਅੱਜ ਅਸ ਬਣਾਣੇ ਜਾਣੇ ਹਨ ਗੁਝੀਆਂ ਜੁਸੀਂ ਅਸ ਡੋਗਰੀ ਚ ਖਸਤੇ ਵੀ ਆਖਨੇ ਤੇ ਕੇਗੇ ਜਗਾ ਉਸੇ ਖੋਖਰੇ ਵੀ ਆਖਿਆ ਜਾਂਦਾ ਤੇ ਉਹ ਬਣਾਣੇ ਤਾਂ ਆਸੇ ਲੈ ਰਾ ਇੱਕ ਕੜਾਈ ਜੁਲਾਓ ਗਰਮ ਹੋ ਜਾ ਉਰੇ ਸ ਪਾਇਲਾ ਨਾ ਦੋ ਚਮਚੇ ਕਿਓ ਮੈਂ ਦੇਸੀ ਕਿਓ ਲਿਆ ਤੁਸ ਟਾਲੜਾ ਵੀ ਲੈ ਸਕਦੇ ਰਿਫਾਈਨ ਆਇਲ ਵੀ ਲੈ ਸਕਦੇ ਉਹਨੂੰ ਰੇਚ ਮੈਂ ਪਹਿਲੇ ਇੱਕ ਕੋਲੀ ਸੂਚੀ ਤੇ ਉਹਨਾਂ ਅਸੀਂ ਸ਼ੈਲ ਕਰੀਏ ਪੁਨੀ ਲੈਣਾ ਦੇਖੋ ਸੂਜੀ ਜੁਲਾਸ ਭਾਣੇ ਉਹ ਲਾਓ ਛਿੱਟੇ ਰੰਗਦੇ ਹੁੰਦੇ ਫਿਰ ਅਸੀਂ ਕਰਸ਼ੀ ਕਰਨ ਲਾਈ ਲਾਈ ਨਾ ਤੇ ਪੁੰਦੇ ਜਾਣਾ ਉਹ ਦੇਖੋ ਇਹ ਸ਼ੈਲ ਕਰੀਏ ਸਾਡੀ ਸੂਜੀ ਪੁੱਜੀ ਹੈ ਇਹਦਾ ਕਲਰ ਜਿਹੜਾ ਬਿਲਕੁਲ ਚੇਂਜ ਹੋਈ ਹੈ ਉਹ ਲਾਲ ਲਾਲ ਕਲਰ ਦੀ ਹੋਈ ਜੁਲਾਸ ਸੂਜੀ ਪੁੱਲੀਆ ਪੁੱਜੀਆ ਔਰ ਅਚ ਫਿਰ ਅਸੀਂ ਪਹਿਲਾਂ ਨਾ ਮੈਂ ਥੋੜਾ ਜਾਇ ਰੇਚ ਪਾਈ ਲੈ ਰਹਾ ਹਾਂ ਸੁਕਾ ਨਾਰੀਲ ਗੋਟਾ ਤੁਸੀਂ ਟੁੱਟੇ ਵੀ ਪਾਈ ਸਕਦੇ ਕੰਨਿਆ ਗਾ ਮੈਂ ਉਹਨੇਰੇ ਪਾਇਲੇ ਥੋੜੇ ਡਰਾਈ ਫਰੂਟ ਸੌਂਗੀ ਬਦਾਮ ਤੇ ਕਾਜੂ ਇਹ ਆਪਸ਼ਨਲ ਹੈ ਪਾਣਾ ਚਾਹੋ ਤੇ ਪਾਈ ਸਕਦੇ ਨਹੀਂ ਤਾਂ ਨਹੀਂ ਵੀ ਪਾਈ ਸਕਦੇ ਪਾਜੂ ਲੈ ਖਾਵੇ ਵਿੱਚ ਮੂਟਾ ਨਾ ਸਵਾ ਲਗਾ ਤੇ ਥੋੜੀ ਜਿਹੀ ਮੇਰੇ ਚ ਪਾਈ ਲੈਣੀ ਇਲਾਇਚੀ ਇਹਦੇ ਨਾਲ ਇੱਕ ਤੇ ਖੁਸ਼ਬੂ ਆਣੀ ਦਵਾ ਸਵਾਦ ਵੀ ਵਧਿਆ ਨਾ ਰਿਕਨੇ ਉਸਾਲ ਹੋ ਜਾਂਦਾ ਤੇ ਇਹਦੇ ਚ ਗਾ ਹੁਣ ਮੈਂ ਪਾਈ ਲੈ ਇੱਕ ਕੋਲੀ ਸੂਜੀ ਤੇ ਇੱਕ ਕੋਲੀ ਗਾ ਮੈਂ ਲੈ ਲਈ ਖੰਡ ਤੁਸੀਂ ਚਾਹੋ ਨਾ ਗਾ ਤੇ ਅਸੀਂ ਮਿਕਸੀਚ ਗ੍ਰाइंड ਕਰੀਏ ਨਾ ਪੀ ਵੀ ਸਕਦੇ ਪੀਸੀ ਵੀ ਖੰਡ ਵੀ ਪਾਈ ਸਕਦੇ ਹੋ ਦੇਖ ਸਾਡੇ ਘਰ ਖੰਡ ਅਗਿਆ ਬਰੀਕ ਹੀ ਤੇ ਮੈਂ ਪੀਸੀ ਨਹੀਂ ਹੈ ਤੇ ਇਹ ਪਾਇ ਲੈਣੀ ਜਿੰਨੀ ਸੂਜੀ ਤੇ ਓਨੀ ਗੇ ਖੰਡ ਪਾਇ ਲੈਣੀ ਔਰ ਇਸ ਲੈ ਗਾ ਅਸੀਂ ਇਹਦੇ ਚ ਪਾਇ ਲੈਣਾ ਸੌਫ ਪਾਊਡਰ ਜਿਹੜਾ ਮੈਂ ਦੱਸਣਾ ਪੁਲੀ ਹੀ ਉਹ ਨਾਲ ਅਸੀਂ ਗੈਸ ਬੰਦ ਕਰਿਓ ਅਸੀਂ ਠੰਡਾ ਹੁੰਦਾ ਹੈ ਨਾ ਤੇ ਦੂਈ ਤਰਫ ਮੈਂ ਦੋ ਕੋਲੀਆਂ ਲੈ ਲੇ ਦਾ ਆਟਾ ਦੇਖੋ ਅੱਜ ਅਸ ਆਟੇ ਦੀਆਂ ਉਹ ਤੁਸੀਂ ਪੜ੍ਹੇ ਹੈਗੇ ਪਤਾ ਚੱਲ ਗਿਆ ਹੋਣਾ ਕਿ ਆਟੇ ਦੀਆਂ ਗੁਝੀਆਂ ਬਣਾਉਣ ਆਸ ਤੇ ਆਟੇ 'ਚ ਅਸ ਪਹਿਲਾਂ ਨਾ ਥੋੜਾ ਜਿਹਾ ਨਮਕ ਲੂਣ ਤੇ ਉਹਨਾਂ 'ਚ ਲੂਣ ਪਾਨੇ ਬਾਅਦ ਆਟਾ ਮਿਕਸ ਕਰਨਾ ਉਹਦੇ 'ਚ ਪਹਿਲਾਂ ਨਾ ਉਹਨਾਂ ਤੇਲ ਇਹ ਮੈਂ ਰਿਫਾਈਨ ਤੇਲ ਲੇ ਰਾ 1 2 3 4 ਮਤਿ 4 ਤੇ ਅਦਾ 4 ਚਮਚੇ ਜਾ ਪੰਜ ਚਮਚੇ ਤੋਂ ਸੇ ਰੇਟਾ ਕੇ ਪਾਇਲਾ ਨਾ ਤੇਲ ਪਾਇਲਾ ਨਾ ਤੇ ਉਹਨਾਂ ਅਸੇ ਅਸੇ ਸ਼ੈਲ ਕਰੀਏ ਮਿਕਸ ਕਰ ਲੈਣਾ ਆਟੇ ਦੇਖੋ ਆਟਾ ਜੁਲਾ ਮਿਕਸ ਹੋਇਆ ਤੁਸੀਂ ਕਿੰਨਾ ਭਾਚਾ ਨਾ ਜੁਲਾ ਤੁਸਰੀ ਮੁੱਠ ਬਟ ਗਏ ਨਾ ਤੇ ਇਹ ਜਿਹੜਾ ਆਟਾ ਇੰਨਾ ਬਣਿਆ ਨਾ ਦੇਖੋ ਹੈ ਨਾ ਇਹਦਾ ਮਤਲਬ ਕਿ ਮੋਨੀ ਸ਼ੈਲ ਕਰੀ ਮਿਕਸ ਹੋਈ ਰਹੀ ਉਹਨਾਂ ਮੈਂ ਇੱਕ ਗਲਾਸ ਪਾਣੀ ਲੈ ਲਿਆ ਤੂ ਕੋਲੀ ਆਟੇ ਦੀ ਕੁਝਿਆ ਬਣਾਨੇ ਤਾਈ ਥੋੜਾ ਥੋੜਾ ਕਰੀਏ ਪਾਣੀ ਪਾਨਾ ਅਸੇ ਇਸੇ ਤੇ ਗੁੰਨੀ ਲੈਣਾ ਇਸੀ ਨਾਲ ਜਿਨਾ ਫੁੱਲ ਕ ਬਣਾਣਾ ਨਾ ਉਰਾਟਾ ਗੁਨਾ ਨਾ ਉਰੇ ਕੋਲਾ ਥੋੜਾ ਰਸਤ ਗੁਨਾ ਕਿਉਂਕਿ ਕੁਝੇ ਬਣਾਇਆ ਐਸੇ ਚੁਲੇ ਰੱਖ ਰਹੀਆਂ ਫਿਰ ਆਟਾ ਟਿੱਲਾ ਪਈ ਜਾਂਦਾ ਨਾ ਇਸ ਕਰੀ ਐ ਇਸੇ ਹਮੇਸ਼ਾ ਪਰਫੈਕਟ ਗੁਝੇ ਬਣਾ ਤਾਂ ਐਸੀ ਥੋੜਾ ਰਾ ਟਾਈਟ ਟਾਈਟ ਬਣਾਣਾ ਉਹ ਦੇਖੋ ਆਟਾ ਜਿੰਨਾ ਉਰੇ ਚ ਆਸੇ ਕਲਿਆ ਫਿਰ ਇਸੇ ਖੁੱਲੇ ਭਾਂਡੇ ਚ ਲੈਣਾ ਅਗਰ ਤਰਾਮੜੀ ਚ ਕਰਾਇ ਤੇ ਫਿਰ ਤਰਾਮੜੀ ਚ ਐਸੇ ਐਸੇ ਸ਼ੈਲ ਕਰੀਏ ਨਾ ਕੋਟੀ ਕੋਟੀ ਹੈ ਨਾ ਤੇ ਇਸੇ ਮਲ ਲੈਣਾ ਥੋੜਾ ਜਿਹਾ 1-2 ਮਿੰਟ ਇਹਨਾਂ ਕਰਨੇ ਕਰਨੇ ਸਾੜੀ ਜਿਹੜੀ ਗੁਝੀਆਂ ਬੜੀ ਹੈ ਸ਼ੈਲ ਬੰਦੀ ਦੇਖੋ ਇਹ ਸਾਰਾ ਆਟਾ ਬਣਿਆ ਹੈ ਤਿਆਰ ਹੋਈ ਹੈ ਉਹਨਾਂ ਸੇਰੇ ਉਪਰ ਨਾਲ ਤੇਲ ਲੈ ਲੈਣਾ ਥੋੜਾ ਰਾ ਤਾਂ ਕਿ ਇਹ ਸੁੱਕਿਆ ਨੀ ਤੇ ਇਹਦੇ ਨਿੱਕੇ ਨਿੱਕੇ ਉਹਨਾਂ ਸੇ ਭੇੜੇ ਕਰ ਲੈਣੇ ਇਹ ਨਹੀਂ ਕਿਸੇ ਰੈਸਟੋਰੈਂਟ ਜੋਤ ਗਣੀ ਹੈ ਕੰਨਾ ਕਰਨੇਗਾ ਉਹਨਾਂ ਸੇ ਭੇੜੇ ਬਣਾਉਂਦੇ ਜਾਣੇ ਨਿੱਕੇ ਨਿੱਕੇ ਪੇੜੇ ਕਿਨੇ ਲੈਣੇ ਜਿੰਨਾ ਸਿਕ ਫੁਲਕਾ ਬਣਾਉਣ ਨੂੰ ਨੇ ਨਾ ਨਾਰਮਲ ਰੋਟੀ ਜਿਹੜੀ ਹੁੰਦੀ ਪੂਰੇ ਕੋਲੇ ਥੋੜਾ ਜਿਹਾ ਨਿੱਕਾ ਨਿੱਕੇ ਨਿੱਕੇ ਅਸੇਰੇ ਪੇੜੇ ਲੈ ਲੈਣੇ ਦੇਖੋ ਸਾਰੇ ਪੇੜਿਆਂ ਸੇ ਕਰ ਲਿਆ ਉਹ ਦੇਖੋ ਅਸੀਂ ਗੁਠੀਆਂ ਕਿ ਨਾਮ ਨਾ ਨੀ ਉਨ ਮੀ ਸਮੇਂ ਨਹੀਂ ਆਦੀ ਖਸਤੇ ਬੋਲਾਂ ਜਾਂ ਖੋਖਰੇ ਬੋਲਾਂ ਤੁਸੀਂ ਮੀ ਕਮੈਂਟ ਸੈਕਸ਼ਨ ਚ ਜ਼ਰੂਰ ਲਿਖਿਆ ਦੱਸਿਓ ਕਿ ਤੁੰਦੇ ਉਧਰ ਹੀ ਸੀ ਕੇ ਬੋਲਦੇ ਆ ਉਨਾ ਸੇ ਰਾਇਕਾ ਭੇੜਾ ਕੱਲਾ ਨਾ ਚ ਨਾ ਫੁਲਕਾ ਬੇਲਨੇ ਹੁੰਨੇ ਨਾ ਇਨਾ ਬਿਲਕੁਲ ਭਰੀ ਪਤਲਾ ਵੀ ਨਹੀਂ ਬੇਲਣਾ ਕਿ ਆਟਾ ਹੈ ਨਾ ਇਹ ਫੱਟੇ ਵੀ ਜਾਣਾ ਹੈ ਇਸੇ ਨਾਰਮਲ ਨੇ ਮੋਟਾ ਨਹੀਂ ਪਤਲਾ ਬੇਲੇ ਲੈਣਾ ਦੇਖੋ ਇਰਾ ਵੀ ਨਹੀਂ ਹੈ ਕਿ ਬਿਲਕੁਲ ਗੋਲ ਗਏ ਉਹਨਾਂ ਚਿਹਰਾ ਬਿਲਕੁਲ ਗੋਲ ਵੀ ਨਹੀਂ ਉਹ ਤਾਂ ਵੀ ਚੱਲਦਾ ਉਹ ਬੇਲਨੇ ਬਾਅਦ ਇੱਕ ਘੜਸ਼ੀ ਆਸੇ ਲਿਆ ਜਿਹੜਾ ਸੇ ਸੂਜੀ ਦਾ ਬਣਾਇਆ ਹਾ ਉਸੇ ਆਸੇ ਇਰੇ ਸੈਂਟਰ ਚ ਰੱਖਿਓ ਨਾ ਤੇ ਫਿਰ ਅੱਧੇ ਉਸੇ ਖੋਖਰੇਗੀ ਆਸੇ ਇਹ ਲਾਈਲਾਣਾ ਪਾਣੀ ਠੀਕ ਹੈ ਪਾਣੀ ਲਾਣੇ ਬਾਅਦ ਆਸੇ ਇੱਕ ਬਖਿਆ ਚੁੱਕਿਆ ਤੇ ਦੋਆ ਉਰੇ ਉੱਪਰ ਰੱਖਿਓ ਨਾ ਫਿਰ ਉਸੇ ਪੂਰਾ ਸ਼ੈਲ ਕਰੀਏ ਦਵਾਈ ਲਾਣਾ ਤਾਂ ਕਿ ਖੁੱਲਣੇ ਅਗਰ ਖੁੱਲੀ ਸ਼ੈਲ ਕਰੀਏ ਨੇ ਨਾ ਦਬੋਏ ਦਾ ਤੇ ਫਿਰ ਇੱਕ ਜੁਲਾ ਤਲਣਾ ਨਾ ਸੇ ਖੁੱਲ ਜਾਂਦਾ ਫਿਰ ਪੂਰਾ ਤੇਲ ਖਰਾਬ ਹੋ ਜਾਂਦਾ ਹੁਣ ਦੇਖੋ ਅਸੀਂ ਕਿੰਨਾ ਬਣਾਣਾ ਇੱਕ ਬੱਖੀ ਦਾ ਦਵਾਣਾ ਤੇ ਦੋਈ ਬੱਖੀ ਦਾ ਇੰਨਾ ਕਰੀ ਅਸੇ ਸੀ ਫੋਲਡ ਕਰਦੇ ਜਾਣਾ ਥੋੜੀ ਜੇ ਵੀਡੀਓ ਗਲਤ ਬਣੀ ਦੀ ਨਿਕਾ ਨਿਕਾ ਲਬਾ ਤੁਸੀਂ ਸੇ ਵੱਡਾ ਕਰੀ ਸਕਦੇ ਹੋ ਜ਼ੂਮ ਕਰੀਏ ਦਿਖਲਾਇਓ ਤੇ ਇਹ ਇਹਨਾਂ ਕਰਿਆਸੇ ਸੀ ਪ੍ਰੈਸ ਕਰਦੇ ਜਾਣਾ ਬਸ ਇੱਕ ਵਕ 2 ਵਕ ਇਹ ਚੁੰਜਣਾ ਪਹਿਲੇ ਇੱਕ ਵਕ ਇਹ ਚੁੰਜ ਬਨਾਨੀ ਤੇ ਫਿਰ ਆਰਾਮ ਕਰਨੇ ਥੋੜਾ ਥੋੜਾ ਗੈਪ ਛੱਡੀ ਛੱਡੀ ਨਾ ਤੇ ਉਸੇ ਫੋਲਡ ਮਾਰਦੇ ਜਾਣਾ ਦੇਖੋ ਕਿ ਬਿਲਕੁਲ ਆਸਾਨ ਤਰੀਕੇ ਕਰਨੇ ਮੈਂ ਤੋ ਸਹਿੰਦਾ ਸਾਂ ਨਹੀਂ ਕਿ ਕਿੰਨਾ ਸੀ ਸੀ ਫੋਲਡ ਮਾਰਨ ਦਾ ਦੇਖੋ ਨੇ ਇੱਕ ਔਰ ਫੁਲਕਾ ਲਿਆ ਫੁਲਕੇ ਅੰਦਰ ਭੇਲੀ ਲਿਆ ਮਤਲਬ ਤੇ ਉਹਰੇ ਸੈਂਟਰ ਚ ਆਸੇ ਰੱਖਿਆ ਔਰ ਅਧੇ ਖਸਤੇਗੀ ਆਸੇ ਕੇ ਕਾ ਨਾਮ ਪਾਣੀ ਲੈ ਲੈਣਾ ਪਾਣੀ ਲਾਣੇ ਬਾਅਦ ਇੱਕ ਜਿਹੜਾ ਪੋਰਸ਼ਨ ਉਹ ਦੂਵੇ ਉੱਪਰ ਰੱਖਣਾ ਇੰਨਾ ਕਰੀਏ ਤੇ ਸ਼ੈਲ ਕਰੀਏ ਦਵਾਈ ਲੈਣਾ ਦਵਾਈ ਲੈਣੇ ਬਾਅਦ ਦੇਖੋ ਸ਼ੈਲ ਕਰੀਏ ਦਵਾਈ ਲੈਣਾ ਕਿ ਉਹ ਨਹੀਂ ਫੱਟਣੀ ਉਹਨਾਂ ਨੂੰ ਦੇਖੋ ਇੱਕ ਸਾਈਡ ਉਪਰਾਸੇ ਇੱਕ ਛੁੰਝ ਬਣਾਣੀ ਹੈ ਜੀ ਇਨਾ ਇੱਕ ਸਾਈਡ ਇਕੱਠਾ ਕਰਨੇ ਪਗਣਾ ਤੇ ਫਿਰ ਦੂਏ ਕੰਨਾ ਸੇ ਕੇ ਕਨਾ ਆ ਇਨਾ ਕਰੀਏ ਫੋਲਡ ਮਾਰ ਦੇਣਾ ਥੋੜਾ ਥੋੜਾ ਵਿਚਕਾਰ ਏਪ ਰੱਖਦੇ ਆ ਨਾ ਤੇ ਉਸ ਇਨਾ ਇਨਾ ਕਰੀਏ ਫੋਲਡ ਮਾਰ ਦੇਣਾ ਬਿਲਕੁਲ ਆਸਾਨ ਤਰੀਕਾ ਹੈ ਬਣਾਉਣੇ ਆ ਕਿੰ ਲੋਕ ਤੇ ਅੱਜ ਕੱਲ ਹੋ ਰੈਡੀਮੇਡ ਪਲਾਸਟਿਕ ਦੇ ਹੰਦੇ ਉਹ ਰੇਚ ਪਾਉ ਨਾ ਵੀ ਬਣਾਇ ਸਕਦੇ ਪਰ ਇੱਕ ਆਜੇ ਰੇ ਸਾਡੇ ਡੋਗਦੇ ਰੇ ਤੇ ਭਾਜੀ ਵੀ ਲੋਕ ਬੜੀ ਬਣਾਉਂਦੇ ਮਸ਼ਹੂਰ ਹੈ ਇਹ ਦੇਖੋ ਹਰ ਕੋਈ ਬਣਾ ਸਕਦਾ ਬਿਲਕੁਲ ਆਸਾਨ ਤਰੀਕੇ ਨਾਲ ਅਗਰ ਫਿਰ ਵੀ ਤੁਹਨੇ ਕੋ ਲਾਉਣਾ ਨਹੀਂ ਬਣਾ ਦੇ ਤੇ ਕੋਈ ਗੱਲ ਨਹੀਂ ਤੁਸੀਂ ਇੱਕ ਹੋਰ ਚਾਹ ਲਈ ਬਣਾ ਸਕਦੇ ਇਸੇ ਪਾਣੀ ਲਾਣਾ ਦੇਖੋ ਬਰਸ਼ ਕਰਨਾ ਜਾਂ ਆਤ ਕਰਨਾ ਹੈ ਤੁਸੀਂ ਪਾਣੀ ਲੈ ਸਕਦੇ ਇੱਕ ਪੋਰਸ਼ਨ ਚੁੱਕਣਾ ਦੂਵੇ ਉੱਪਰ ਰੱਖਣਾ ਤੇ ਸ਼ੈਲ ਕਰੀਏ ਦਵਾਈ ਲੈਣਾ ਦਵਾਨਾ ਹਰੇ ਕੀ ਠੀਕ ਹੈ ਨਾ ਤੇ ਪਾਣੀ ਵੀ ਝੂਲਾਣਾ ਕਿ ਖੁੱਲਾ ਨਹੀਂ ਛਾਲ ਕੇ ਦਵਾਨੇ ਬਾਅਦ ਉਹਦੇ ਕੋਈ ਮੈਗੀ ਖਾਣੇ ਵਾਲਾ ਚਮਚਾ ਜਿਹੜਾ ਹੁੰਦਾ ਨਹੀਂ ਘਰ ਪੂਰੇ ਕਨਸੇ ਸੀ ਦਵਾਂਦੇ ਜਾਣਾ ਇੰਨਾ ਕਰੀਏ ਨਾ ਇਹਦੇ ਉੱਪਰ ਥੋੜਾ ਥੋੜਾ ਕਰੀਏ ਸਾਰੇ ਦਵਾਂਦੇ ਜਾਣਾ ਔਰ ਦੇਖੋ ਇਹ ਵੀ ਸਾਰਾ ਬਣੀ ਹੈ ਤਿਆਰ ਹੋਈ ਆ ਔਰ ਏ ਨਾ ਇਰੀ ਸ਼ੇਪ ਆਈ ਨਹੀਂ ਦਿਖੋ ਅਗਰ ਉਹਨਾਂ ਨੇ ਨਾ ਆਦਤ ਤੇ ਤੁਸੀਂ ਇੰਨਾ ਵੀ ਬਣਾਏ ਸਕਦੇ ਇੱਕ ਇੱਕ ਕਰਿਆ ਸਾਰੇ ਖਸਤੇ ਬਨਾਈ ਲੈ ਉਨਾ ਸੇ ਨਹੀਂ ਤਲਿਆ ਉਹ ਦੋ ਮੈਂ 240 ਬਣਾਏ ਜੇ ਨਾ ਮੈਂ ਤੁਸੇਂ ਦਾ ਸਗਰੀਨਾ ਨਹੀਂ ਆਂਦੇ ਤੇ ਤੁਸ ਉਹਨਾਂ ਵੀ ਬਣਾ ਸਕਦੇ ਹੋ ਓਲੀ ਆਦੀ ਓਲੀ ਉੱਪਰ ਬਣਾਓ ਘਾਤ ਸਾਰੇ ਖਲਾਪ ਵੀ ਖਾਓ ਉਹਨ ਤੇਲ ਗਰਮ ਹੋਈ ਹੈ ਉਹਨਾਂ ਸੇ ਰੇਚ ਪਾਣੇ ਤੇਲ ਸਹਿਲ ਗਰਮ ਕਰ ਲੈਣਾ ਤੇ ਆਟੇ ਦੇ ਬਣਾਏ ਦੇ ਨਾ ਸੇ ਇਸ ਕਰੀਏ ਸੇ ਸਿਆ ਸੇ ਫੁੱਲ ਆਂਚ ਉੱਪਰ ਪਕਾਣਾ ਇਹ ਨਿੱਕੇਾ ਘਟੂ ਪਰ ਇਸੇ ਜੁਰ ਹੁੰਦੇ ਆ ਮੈਦਾਵਾ ਨਾ ਫਿਰ ਹੁੰਦਾ ਇਹ ਬੜੀ ਜਲਦੀ ਪੱਕ ਜਾਂਦੇ ਤੇ ਦੇਖੋ ਤੇਲ ਗਰਮ ਹੈ ਇਹਦਾ ਅਵਰੇਜ ਪਾਇ ਪਾंदे ਪਾਦੇ ਹੈ ਪਕਣ ਲਈ ਪੈਨ ਆਟੇ ਵਾਲੇ ਖਸਤੇ ਜਿਹੜੇ ਹੁੰਦੇ ਇਹ ਜਲਦੀ ਬਣਦੇ ਆ ਮੈਦੇ ਵਾਲਾ ਟਾਈਮ ਲੈਂਦੇ ਉਸੇ ਅਗਰਾਸ ਫੁੱਲਾਂ ਦੇ ਉੱਪਰ ਬਣਾ ਗਏ ਨਾ ਤੇ ਫਿਰ ਉਹ ਕੱਚਾ ਰਹਿ ਜਾਂਦਾ ਮੈਦਾ ਇਸ ਕਰੀਏ ਆਏ ਕੁਛ ਦਿਨ ਅਗਰ ਤੁਸੀਂ ਮੈਦੇ ਵਾਲੇ ਚਾਹੇ ਤੇ ਮੈਂ ਮੈਦੇ ਵਾਲੇ ਵੀ ਬਣਾਈਏ ਦੱਸ ਕੀ ਥੋੜਾ ਜਿਹਾ ਚੇਂਜ ਹੁੰਦਾ ਅਵਰੇਜ ये देखो पांदे पांदे के खस्ते बनिए तैयार होना अस इसी कि शेल कलर आया कि शेप्स आई एक हूं अस इसी कर बहर की तुसें अगर मेरी वीडियो लगा रही तो वीडियो की लाइक करना ही भूलियो चैनल की सब्सक्राइब भी देखो ऐसे अ करिए सारे खस्ते बनाई लिये ਇਹ ਜਿਹੜਾ ਆਸੇ ਚਮਚ ਕਨੈਰੀ ਸ਼ੇਪ ਬਣਾਈ ਹੀ ਇਹ ਦੇਖੋ ਇੰਨੇ ਕ੍ਰਿਸਪੀ ਬਨੇ ਦੇ ਕਿ ਹੱਥ ਚ ਪਕਰ ਦੇ ਗਾਓ ਟੁੱਟਿਆ ਦੇ ਇੱਕ ਤੇ ਗਰਮ ਵੀ ਹਨ ਮੈਂ ਤੁਸੇ ਇੱਕ ਤੋੜੀਆ ਵੀ ਦੱਸਨੀ ਆ 12 ਕ੍ਰਿਸਪੀ ਅੰਦਰੋਂ ਸਾਫਟ ਹੋਰ ਇੰਨਾ ਸੁਆਦ ਖਸਤਾ ਤੁਸੇ ਕਦੇ ਅਲਵਾਈ ਦੇ ਦੁਕਾਨ ਉਪਰ ਵੀ ਨਹੀਂ ਖਾਤਾ ਉਹਨਾ ਤੇ ਮੇਰੀ ਵੀਡੀਓ ਗੀ ਚੈਤਾ ਕੋਲਾ ਜਿਆਦਾ ਸ਼ੇਅਰ ਕਰਿਓ ਅਗਰ ਸ਼ੈ ਲੱਗੀ ਮੁਰੀਆਂ ਖਾਣੇ ਤੇ ਲਾਈਕ ਕਰਨਾ ਨਹੀਂ ਭੁੱਲਿਓ